ਜੀ ਸਾਨੂੰ ਖਾਦ ਨੂੰ ਪੂਰਾ ਸਪਲਾਈ ਕਰ ਰਹੇ ਜਦੋਂ ਵੀ ਕਿਤੇ ਆਉਂਦੇ ਆ ਇੱਕ ਅੱਧੀ ਗੱਡੀ ਪ੍ਰਾਈਵੇਟ ਨੂੰ ਦੇ ਦਿੰਦੇ ਨੇ 200 ਬੋਰੀ ਸੁਸਾਇਟੀ ਨੂੰ ਦੇ ਦਿੰਦੇ ਨੇ 300 ਬੋਰੀ ਪ੍ਰਾਈਵੇਟ ਨੂੰ ਦੇ ਦਿੰਦੇ ਨੇ ਇਸ ਕਰਕੇ ਇਹ ਬਰਨਾਲਾ ਟ੍ਰੇਡਰਸ ਦੇ ਅਤੇ ਮਾਰਕਫੈਡ ਦੇ ਅਧਿਕਾਰੀ ਰਲ ਕੇ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਖਾਦ ਨਹੀਂ ਦੇ ਰਹੇ ਬਾਹਰ ਪਾਤਣਾ ਲੁਧਿਆਣਾ ਨੂੰ ਭੇਜ ਰਹੇ ਨੇ ਪਾਤਣਾ ਕੱਢੀ ਗਈ ਹੈ ਸਾਡੇ ਕੋਲੇ ਪ੍ਰੂਫ ਇਹਨਾਂ ਦੀ ਬਿਲਟੀ ਕੱਢੀ ਚੈੱਕ ਕਰ ਲਓ ਤੁਸੀਂ ਇਹ ਹਾਲਾਤ ਨੇ ਜੀ ਮਾਰਕਫੈਡ ਦੇ धुरी में ट्रेन के माध्यम से आई खाद किसानों को पर्याप्त मात्रा में ना दिए जाने के चलते गुस्से में आए किसानों ने खाद के भरे ट्रक को ही घेर कर रोष प्रदर्शन किया। किसानों का कहना था कि कोऑपरेटिव सोसाइटियों को पर्याप्त खाद नहीं दी जा रही है और खाद दूसरे जिलों में भी भेजी जा रही है, जबकि खाद के साथ किसानों को अन्य सामान जबरी दिया जा रहा है, जिसके चलते वह रोष प्रदर्शन कर रहे हैं। प्रदर्शनकारियों का आरोप है कि विभाग के अधिकारी गांव की सोसाइटियों को खाद देने की बजाय प्राइवेट व्यापारियों को खाद दे रहे हैं और दूसरे जिलों में भेज रहे हैं, जो कि सरासर गलत है। ਜਸਪਾਲ ਸਿੰਘ ਪੇਦਨੀ ਕਲਾਂ। ਜਸਪਾਲ ਜੀ, ਅੱਜ ਤੁਸੀਂ ਧਰਨਾ ਦਿੱਤਾ, ਇਹ ਕੀ ਕਹੋਗੇ? ਇਹ ਜੀ ਉਰੇ ਰੈਂਕ ਲੱਗਿਆ ਸੀਗਾ ਚੂਰੀਏ ਦਾ, ਜਿਹੜਾ ਕਿ ਧੂਰੀ ਦੇ ਵਿੱਚ ਲੱਗਿਆ ਸੀਗਾ। ਇਹ ਬਾਹਰਲਿਆਂ ਜ਼ਿਲ੍ਹਿਆਂ ਦੇ ਵਾਲਿਆਂ ਨੂੰ ਬਲਾਕਾਂ ਦੇ ਵਿੱਚ ਯੂਰੀਆ ਦੇ ਰਹੇ ਨੇ, ਸਾਡੇ ਬਲਾਕ ਨੂੰ, ਸਾਡੀਆਂ ਸਟੈਡੀਆਂ ਨੂੰ, ਸਾਡੇ ਕਿਸਾਨ ਨੂੰ ਅਜੇ ਤੱਕ ਯੂਰੀਆ ਨਹੀਂ ਮਿਲਿਆ। ਮਤਲਬ ਯੂਰੀਆ ਕੱਟਿਆ ਪਿਆ ਉਹ ਸਟੈਡੀਆਂ ਦੇ ਵਿੱਚ, ਪ੍ਰਾਈਵੇਟਾਂ ਨੂੰ ਦੇ ਰਹੇ ਨੇ, ਸਰਕਾਰੀ ਦੇ ਨਹੀਂ ਰਹੇ। ਕੀ ਕਾਰਨ ਹੋ ਸਕਦਾ ਹੈ? ਇਹ ਤਾਂ ਇਹਨਾਂ ਦੀ ਮਿਲੀ ਭੁਗਤਾ ਜੀ ਸਰਕਾਰਾਂ ਦੀ। ਕੀ ਮੰਗ ਕਰਦੇ ਹੋ? ਅਸੀਂ ਤਾਂ ਕਹਿੰਦੇ ਵੀ ਸਾਡੀਆਂ ਸਟੈਡੀਆਂ ਨੂੰ ਤੇ ਸਾਡਿਆਂ ਸਾਰਿਆਂ ਨੂੰ ਇਹਨਾਂ ਨੂੰ ਵੰਡ ਕੇ ਦਿੱਤਾ ਜਾਵੇ, ਜਿਹੜੀ ਸਾਡੀਆਂ ਸਟੈਡੀਆਂ ਨੇ ਕਿ ਜਿੰਨਾ ਜਿੰਨਾ ਬਣਦਾ ਇਹਨਾਂ ਦਾ ਉਹਨਾਂ ਉਹਨਾਂ ਯੂਰੀਆ ਦਿੱਤਾ ਜਾਵੇ, ਬਾਕੀ ਜੇ ਬਾਕੀ ਉਹਨਾਂ ਦੇ ਬਲਾਕਾਂ ਦਾ ਬਣਦਾ ਉਹਨਾਂ ਨੂੰ ਦਿੱਤਾ ਜਾਵੇ। ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ? ਅਸੀਂ ਫਿਰ ਉਹਨਾਂ ਚਿਰ ਤਾਂ ਸੰਘਰਸ਼ ਸਾਡਾ ਜਾਰੀ ਰਹੂਗਾ ਜਿੰਨਾ ਚਿਰ ਇਹ ਨਿਬੜਦਾ ਨਹੀਂ। ਕੀ ਨਾਮ ਬਾਈ? ਮੈਂ ਗੁਰਚਰਨ ਸਿੰਘ, ਘੇਰੂ ਸਭਾ। ਕੀ ਕਹਿਣਾ ਚਾਹੁੰਦੇ ਤੁਸੀਂ ਧਰਨਾ ਲਾਇਆ? ਇਹ ਧਰਨਾ ਜੀ ਸਾਨੂੰ ਖਾਦ ਨਹੀਂ ਪੂਰਾ ਸਪਲਾਈ ਕਰ ਰਹੇ, ਜਦੋਂ ਵੀ ਕਿਤੇ ਆਉਂਦੇ ਆ ਇੱਕ ਅੱਧੀ ਗੱਡੀ ਪ੍ਰਾਈਵੇਟ ਨੂੰ ਦੇ ਦਿੰਦੇ ਨੇ, 200 ਬੋਰੀ ਸੁਸਾਇਟੀ ਨੂੰ ਦੇ ਦਿੰਦੇ ਨੇ, 300 ਬੋਰੀ ਪ੍ਰਾਈਵੇਟ ਨੂੰ ਦੇ ਦਿੰਦੇ ਨੇ। ਇਸ ਕਰਕੇ ਸਾਡੇ ਨਾਲ ਧੱਕਾ ਹੋ ਰਿਹਾ, ਸਾਡਾ ਡੈਂਟ ਨਹੀਂ ਪੂਰਾ ਕੀਤਾ। ਅਸੀਂ ਸਾਡੀ ਇਹੀ ਮੰਗ ਹੈ ਕਿ ਸਾਡਾ ਡੈਂਟ ਪੂਰਾ ਇਸੇ ਮਾਲ 'ਚੋਂ ਸਾਡਾ ਡੈਂਟ ਪੂਰਾ ਕੀਤਾ ਜਾਵੇ, ਉਸ ਕਟੋ ਅਤੇ ਕਿਸਾਨਾਂ ਦੇ ਹੱਕ ਦੇ ਵਿੱਚ। ਕਿਸਾਨਾਂ ਨੂੰ ਬਾਜ਼ਾਰ ਦੇ ਵਿੱਚੋਂ ਨਾਲ ਮਾਲ ਮੜਿਆ ਜਾਂਦਾ ਹੈਗਾ, ਤਿੰਨ ਤਿੰਨ ਚਾਰ ਚਾਰ ਹਜ਼ਾਰ ਦਾ, ਪੰਜ ਪੰਜ ਹਜ਼ਾਰ ਦਾ, ਦਸ ਦਸ ਗੱਟਿਆਂ ਦੇ ਮਗਰ ਮਾਲ ਦਿੰਦੇ ਨੇ ਪ੍ਰਾਈਵੇਟ ਵਾਲੇ। ਇਸ ਕਰਕੇ ਅਸੀਂ ਸੁਸਾਇਟੀਆਂ 'ਚ ਮਾਲ ਚਾਹੁੰਦੇ ਹਾਂ ਵੀ ਸਾਡਾ ਡੈਂਟ ਪੂਰਾ ਕਰਕੇ ਸਾਨੂੰ ਦਿੱਤਾ ਜਾਵੇ। ਇੱਥੋਂ ਮਾਲ ਲੁਧਿਆਣਾ ਤੱਕ ਗਿਆ ਗਿਆ, ਇੱਥੋਂ ਇਹ ਧੂਰੀ ਰੈਕ ਦੇ ਵਿੱਚੋਂ ਟਰੱਕਾਂ 'ਤੇ ਰਾਹੀਂ, ਜਦਕਿ ਇਹ ਹੱਕ ਬਣਦਾ ਧੂਰੀ ਅਤੇ ਸ਼ੇਰਪੁਰ ਬਲਾਕ ਦਾ। ਇਹ ਇਫਕੋ ਦਾ ਖਾਦ ਹੈ, ਜਿਹੜਾ ਇਹ ਹੈ ਵੀ ਕੋਆਪਰੇਟਿਵ ਸੁਸਾਇਟੀਆਂ ਦਾ ਖਾਦ ਹੈ ਇਹ। ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ? ਅਗਲਾ ਸੰਘਰਸ਼ ਅਸੀਂ ਇੱਥੋਂ ਗੱਡੀਆਂ ਨਹੀਂ ਹਿੱਲਣ ਦੇਵਾਂਗੇ, ਚਾਹੇ ਕੁਛ ਮਰਜ਼ੀ ਹੋ ਜਾਵੇ, ਪ੍ਰਸ਼ਾਸਨ ਜੋ ਮਰਜ਼ੀ ਕਰੇ। ਮਾਰਕਫੈਡ ਹੋ ਰਿਹਾ? ਅਸੀਂ ਮਾਰਕਫੈਡ ਵਾਲੇ ਹੋ ਰਹੇ, ਆਉਣ ਅਤੇ ਸਾਡਾ ਮਾਲ ਸਾਨੂੰ ਵੰਡ ਕੇ ਦੇਣ। ਨਰਭੈ ਸਿੰਘ ਮੇਰਾ ਨਾਮ ਹੈ ਜੀ। ਅੱਜ ਜੋ ਪ੍ਰਦਰਸ਼ਨ ਕਰ ਰਹੇ ਹੋ, ਕੀ ਕਾਰਨ ਹੈ? ਅੱਜ ਜਿਹੜਾ ਪ੍ਰਦਰਸ਼ਨ ਕਰ ਰਹੇ ਹਾਂ, ਇੱਥੇ ਖਾਦ ਦਾ ਰੈਕ ਲੱਗਿਆ ਇਫਕੋ ਦਾ, ਰਾਹੀਂ ਮਾਰਕਫੈਡ ਲਗਭਗ 1,20,000 ਥੈਲਾ, ਪਰੰਤੂ ਇਹ ਬਰਨਾਲਾ ਟ੍ਰੇਡਰਸ ਦੇ ਅਤੇ ਮਾਰਕਫੈਡ ਦੇ ਅਧਿਕਾਰੀ ਰਲ ਕੇ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਖਾਦ ਨਹੀਂ ਦੇ ਰਹੇ, ਬਾਹਰ ਪਾਤਣਾ ਲੁਧਿਆਣਾ ਨੂੰ ਭੇਜ ਰਹੇ ਨੇ। ਹਾਲਾਂਕਿ ਸਾਡਾ ਜਿਹੜਾ ਮੰਗ ਕੀਤੀ ਹੋਈ ਹੈ ਉਹਦੇ 70% ਖਾਦ ਅਜੇ ਪਹੁੰਚਿਆ, 30% ਰਹਿੰਦਾ ਜੀਰੀ 'ਤੇ, ਖਾਦ ਖਤਮ ਹੋਣ ਵਾਲਾ। ਕਿਸਾਨਾਂ ਦਾ ਬਹੁਤ ਜ਼ਿਆਦਾ ਕਿਸਾਨ ਪਰੇਸ਼ਾਨ ਨੇ, ਗਰੀਬ ਕਿਸਾਨਾਂ ਨੂੰ, ਜਿਹੜਾ ਛੋਟੇ ਕਿਸਾਨਾਂ ਨੂੰ ਖਾਦ ਉਹ ਕੋਆਪਰੇਟਿਵ ਸੁਸਾਇਟੀਆਂ ਤੋਂ ਵਾਜਬ ਰੇਟ 'ਤੇ ਮਿਲਦਾ ਹੈ, ਬਾਜ਼ਾਰ ਦੇ ਵਿੱਚੋਂ ਉਹਨਾਂ ਨਾਲ ਦਵਾਈਆਂ ਜਾਂ ਜਿੰਕ ਹੋਰ ਚੀਜ਼ਾਂ ਲਾ ਕੇ ਉਹਨਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ। ਸਾਡਾ ਇਹਨਾਂ ਨੇ ਸਾਡੇ ਨਾਲ ਅੱਜ ਭੇਦਭਾਵ ਕੀਤਾ ਅਤੇ ਗੱਡੀਆਂ ਇੱਥੋਂ ਸੁਸਾਇਟੀ ਦੇ ਨਾਂ 'ਤੇ ਬਦਲ ਕੇ ਡਰਾਈਵਰ ਦੇ ਕੰਨ 'ਚ ਕਹਿਤਾ ਕਿ ਹੋਰ ਕਿਤੇ ਚਲਾ ਜਾਓ। ਇਸ ਕਰਕੇ ਸਾਡੇ ਨਾਲ ਧੋਖੇਬਾਜ਼ੀ ਹੋ ਰਹੀ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਪਹਿਲਾਂ ਕੋਆਪਰੇਟਿਵ ਸੁਸਾਇਟੀਆਂ ਦਾ ਅਡੈਂਟ ਪੂਰਾ ਕੀਤਾ ਜਾਵੇ, ਸਾਡਾ ਮਾਲ ਪੂਰਾ ਕਰਕੇ ਫਿਰ ਜਿੱਥੇ ਮਰਜ਼ੀ ਦੇ ਦੇਣ, ਫਿਰ ਸਾਨੂੰ ਕੋਈ ਇਤਰਾਜ਼ ਨਹੀਂ। ਉਹਨਾਂ ਚਿਰ ਅਸੀਂ ਇੱਥੋਂ ਇੱਕ ਵੀ ਗੱਡੀ ਨਿਕਲਣ ਨਹੀਂ ਦੇਵਾਂਗੇ, ਅਸੀਂ ਇਸੇ ਤਰ੍ਹਾਂ ਧਰਨਾ ਜਾਰੀ ਰੱਖਾਂਗੇ। ਸਾਡੀ ਇਹੋ ਦੁਬਾਰਾ ਫਿਰ ਮੰਗ ਹੈ ਵੀ ਸਾਡੀਆਂ ਸੁਸਾਇਟੀਆਂ ਨੂੰ ਜਿੰਨਾ ਬਣਦਾ ਅਡੈਂਟ ਸਾਡਾ ਰਹਿੰਦਾ, ਉਹ ਗੱਡੀਆਂ ਕੱਟ ਕੇ ਬਾਕੀ ਦਾ ਖਾਦ ਕਿਤੇ ਹੋਰ ਭੇਜਿਆ ਜਾਵੇ। ਮਾਰਕਫੈਡ ਐਫਐਸਓ ਕਮਲਜੀਤ ਸਿੰਘ। ਅੰਕਲ ਜੀ, ਜਿਹੜਾ ਮਸਲਾ ਕੀ ਮਸਲਾ ਸਾਨੂੰ ਡਿਟੇਲ 'ਚ ਦੱਸੋ। ਮਸਲਾ ਇਹ ਜੀ, ਜਿਹੜੇ ਸਾਡੇ ਕੋਆਪਰੇਟਿਵ ਸੁਸਾਇਟੀਆਂ ਨੇ ਨਾ, ਧੂਰੀ ਦੇ 39 ਸੁਸਾਇਟੀਆਂ ਨੇ, ਉਹਦੇ ਵਿੱਚ ਮਾਲ ਮਾਰਕਫੈਡ ਨੇ ਦੇਣਾ ਸਾਨੂੰ ਸਾਰਾ। ਪਹਿਲਾਂ ਸਾਡਾ 75-25 ਦੀ ਰੇਸ਼ੋ ਹੁੰਦੀ, ਉਹਦੇ ਵਿੱਚੋਂ 25% ਇਫਕੋ ਦਿੰਦਾ ਸੀਗਾ।
पर धूरी जिन्नी भी सोसायटियां ने सारिया मुनाफे वाली सोसायटियां ने इस करके इन्होंने कदम भी 100% माल जो मार्केफेड ने देना गा पर मार्केफेड सानू वो माल दे नहीं रहा बाहरलिया सोसायटियां भेज रहा साड़ी मंग है भी जो धूरी के रैक लग्या तो पहल के आधार से धूरी जो सोसायटियां ने कवर की जा उन्होंने 100% अटेंड तुम पूरा कर दो उस जिते मर्जी भेजो असी जो सवेरे कल सातों इन्होंने मंग मंगी कि तुम्हें डिमांड दो भी कल रैक लगना भी की डिमांड आ साडियां तकरीबन सारिया सोसायटियां ने 1000-1100 थैले के हिसाब से इन्होंने मंग की पर इन्होंने कोई मंग नहीं पूरी की क्योंकि सानू इत्थे आके पता लगे भी सानू लिस्ट दिओ भी साडियां धूरी दियां कि सोसायटियां नूं कितना माल दे रहे हो इन्होंने लिस्ट दिखाई जिद सिर्फ 15 सोसायटियां थी जिते 340 बोरिया वाला छोटिया गड्डिया भेजिया जा रही हैं असं इन्हों यही कहा भी तुम आज बड़िया गड्डिया भेज दो 39 गड्डिया बड़िया भेज दो उदू बाद बह के हिसाब कर लो कि साड़ी परसेंटेज पूरी नहीं होगी जे नहीं हुई तो उन्हें उन्हें भेज दो उदू बाद जिते मर्जी भेजो इन्होंने ये गल साड़ी मनण की बजाय गड्डिया पात्रा लुधियाना भवानीगढ़ भेज रहे हैं जबकि धूरी किसी भी बरनाले तक गड्डिया जा रही ने पात्रा कड़ी गई है साढ़े को प्रूफ है इन्होंने बिल्टी कड़ी चैक कर लो तुम ये हालात ने जी मार्केफेड के मार्केफेड का अधिकारी है कमलजीत सिंह वो फोन कल शाम तो बंद है मेरे नाल फोन से वट्सएप उन्हें चैटिंग की वट्सएप उत्ते कह रहा भी 78% 122% एडेंट पूरा हो गया जबकि मेरे को प्रूफ ने भी सिर्फ 78% होया वह आके साबित कर दे भी 122% हो गया असं धरना खत्म कर देंगे ਜਿਹੜਾ ਪ੍ਰਾਈਵੇਟ ਤੇ ਜਿਹੜਾ ਰੇਟ ਹੈ ਇਹ ਪ੍ਰਾਈਵੇਟ ਦਾ ਰੇਟ ਹੈ ਕਿ ਸੋਸਾਇਟੀ ਦੇ ਰੇਟ ਬਰਾਬਰ ਹੈ ਇਹ ਰੇਟ ਇਹ ਇਹਨਾਂ ਨੂੰ ਜਿਹੜਾ ਸਾਨੂੰ ਮਾਲ ਦਿੰਦੇ ਨੇ ਸਾਨੂੰ ਤਾਂ ਇਹਨਾਂ ਨੇ ਸਿਰਫ ਯੂਰੀਆ ਦੇਣਾ ਗਾ ਪ੍ਰਾਈਵੇਟ ਨੂੰ ਇਹਨਾਂ ਨੇ ਆਪਦੇ ਤੌਰ ਤੇ ਨਾਲ ਹੋਰ ਮਾਲ ਦੇਣਾ ਹੁੰਦਾ ਦਵਾਈਆਂ ਦੇਣੀਆਂ ਹੁੰਦੀਆਂ ਨੇ ਪੋਟਾਸ ਦੇਣਾ ਹੁੰਦਾ ਹੋਰ ਤਰ੍ਹਾਂ ਦਾ ਉਹਨਾਂ ਨੂੰ ਦਿੰਦੇ ਨੇ ਲਾਲਚ ਵੀ ਹਾਂ ਤੁਸੀਂ ਤੁਹਾਡੇ ਕੋਲ ਇੰਨੀ ਗੱਡੀ ਭੇਜ ਦਾਂਗੇ ਆਹ ਵੇਚੋਗੇ ਸਾਡਾ ਨਾਲ ਪ੍ਰਾਈਵੇਟ ਨੂੰ ਮਜਬੂਰ ਹੋਣਾ ਪੈਂਦਾ ਮਜਬੂਰ ਹੋ ਕੇ ਲੈਣਾ ਪੈਂਦਾ ਗਾਂ ਕਿਸਾਨ ਜ਼ਿਮੀਦਾਰ ਮਜਬੂਰ ਹੋ ਕੇ ਪ੍ਰਾਈਵੇਟ ਤੋਂ ਸਮਾਨ ਚੱਕਦੇ ਨੇ ਜਿਹੜਾ ਕਿ ਬੇਲੋੜੀ ਦਾ ਤੇ ਬੇਅਰਥ ਆ ਉਹਨਾਂ ਦੇ ਕਿਸੇ ਕੰਮ ਨਹੀਂ ਆਉਂਦਾ ਉਹ मेरा नाम चरणजीत सिंह मीमसा जी मैं साड़ी जथेबंदी का नुमाइंदा और जिहड़ा असी अज दा इह धरना लाया गा ये असी एक अन्याय के खिलाफ लाया है क्योंकि साढ़े गरीब किसानों के नाल बहुत ज़्यादा धक्का किया जाता है भावें समय दियां सरकारां होण भावें उन्हां दे अधिकारी होण इन्हां दा हर एक जगह पर जिहड़ा साडा निमण वर्ग है जिहड़ा साडा हैल्पलैस वर्ग हैगा उन्हें तो आरा बाया जाता है अज की भी जी घटना हैगी ये है कि साडे सोसायटिया के जिमें आप सारे जानते हाँ कि जोड़े साडे तकड़े जिमीदार होंगे ने कितों भी खाद लै सकते हैं गे जे साडे गरीब वर्ग जिहड़ा साडा किसी का हाथ नहीं पैंदा उ साडा मैंबर साडे सोसायटिया के साडे कोल आउंदा हैगा और उन्हों अज की डेट के खाद नहीं मिल रही वो फसल मर रही है खाद के तलों क्योंकि इत जे घपलेबाजी साढ़े ये अधिकारियों वालों की जा रही है कि अज जिमें पहला दसा गया कि लखा टन बोरी का लखा बोरिया का यह अज रैक हैगा जो कि साढ़े धूरी के असी सिर्फ ये मंग कर रहे हैं कि साडा पहला डेंट पूरा कर दौ तो बाकी का जो बार असी इस गल के बिल्कुल भी असी खिलाफ नहीं है कि कितने होर जा भी ना क्योंकि जिते भी ये जा रहा है साड़ी जिमीदारा ने पाना है पर असी इस गल की वह करते हैं कि जो कि बाहर रैक लगता है जिमें पिछले दिनों के संगरूर लग्या सुनाम लग्या उन्होंने साढ़े एरिए साढ़े ब्लाक के कोई भी गड्डी नहीं दिती गई हैगी सो इस करके उत्थे भी यह कई जगह पर होया कि जिमीदार ने घरौ करके इन अधिकारियों की जी सुरत है टिकाने लिया है तो इन्हों दिमाग सैट करे तो इन्होंने सही वंड करी तो उस नज़र रखते हुए असी अज सारिया कर्मचारी यूनियन के सारे सैकटरी साहबान साढ़े सारे मुलाजम सोसायटियां बंद करके तो साढ़े भारतीय किसान यूनियन के साथ किसान नेतावान असी नाल लेके असी इस अन्याय के खिलाफ इतने धरना लाएगा असी उस असी एक पल भी असी इतों पिछे नहीं हटा जो साड़िया मंगा ने गिया असी प्रशासन को भी बेनती करते हैं कि वह आके साड़ी गल नूं सुन साढ़े तकलीफां नूं सुन ताकि इत्थे दा जिहड़ा होर कोई घटना कोई वापर कोई वाधा वाध हैगा जां कोई हालात खराब होंदे ने गे तां असी इत्थों दी उस दी जिम्मेवारी साढ़े ये जिहड़े अधिकारी ने गे इन्हां दी होऊगी जां इत्थों दे प्रशासन दी होऊगी असी प्रशासन द्वारा फिर यही बेनती करते हाँ कि साडी तकलीफ नूं सुणिया जावे और साडे जिहड़े मसले ने उन्हां नूं हल कीता जी। मार्केफेड दे अधिकारियों नाल मिली भुगत साजिश है? हाँ जी हाँ जी बिल्कुल। देखो जी अंदर आ गया सानूं की पता की है कहो। देखो जी जो साजिश दी गल है साजिश भावें नंगी चिट्टी आपां नहीं दिस रही क्योंकि बिना प्रूफ दे ये कहना भी गलत होंदा कि साजिश है पर जिहड़ा जिवें कहिंदे ने गे दुध दा दुध ते पानी दा पानी वह तो सामने ही है अज दे जिहड़े हालात ने गे वो उही बयान कर रहे हैं गे कि कोई पर्दे पिछे कुछ ना कुछ जरूर होंदा होवेगा।
वहीं विभाग के अधिकारी पवन ने कहा कि यूरिया की कमी पूरे राज्य में चल रही है, जिसके कारण डिस्ट्रीब्यूशन का काम भी प्रभावित होते हुए भी वे सभी को बराबर मात्रा में खाद मुहैया करवा रहे हैं। उन्होंने कहा कि हम मार्कफेड की हदायतों के अनुसार ही खाद दे रहे हैं। पवन जी, की मामला है, यूरिया खाद की अजकल बहुत ज्यादा लोड पैंदी है, स्टेट लैवल से ही यूरिया शॉर्टेज चलती है। असी मार्कफेड दी हदायतों मुताबिक जो मार्कफेड सानू हदायत करते उस हिसाब से सैडियां दे कटाया जाता है, उस हिसाब नाल जा रहे हैं मार्कफेड दे हिसाब। सर, इल्जाम लाना एक लहदा चीज है, कोई खास गल नहीं। असी इन्हां नूं भी माल दे रहे हैं, प्राइवेट तो दे ही नहीं रहे। कि जो थोड़ा फर्ज पहला बनता है इतने सोसाइटियों माल देने का फर्ज बनता है, नहीं सर वो पहुंचता क्यों नहीं कर रहे? नहीं वो सर मार्कफेड देखते डिस्ट्रिक्ट लैवल से, कल्ले सोसाइटियां नहीं देखती मार्कफेड। भवानीगढ़ ब्रांच, अहमदगढ़ ब्रांच, मलेरकोटला ब्रांच, लहरा ब्रांच, बरनाला डिस्ट्रिक्ट भी इतों जाता है, वो मार्कफेड का काम देखना। सानू मार्कफेड हदायतों मुताबिक माल भेज रहे हैं।